ਸ਼੍ਰੀਕਾਲ ਜੀ, ਕਿੱਦਾਂ ਸਾਰੇ? ਕੀ ਹਾਲ ਹੈ ਸਾਰਿਆਂ ਦਾ? ਆਈ ਹੋਪ ਕਿ ਸਾਰੇ ਠੀਕ ਠਾਕ ਅਤੇ ਵਧੀਆ ਹੀ ਹੋਣਗੇ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਚੈਨਲ 'ਤੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਆ, ਜਿਹੜੇ ਵੀ ਇਸ ਚੈਨਲ 'ਤੇ ਨਵੇਂ ਬਣੇ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਜੋ ਸਾਡੀਆਂ ਅੱਗੇ ਨਵੀਆਂ ਤੋਂ ਨਵੀਆਂ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਅਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ। ਅਤੇ ਨਾਲ ਦੀ ਨਾਲ ਹੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਕਿਉਂਕਿ ਇਹਦੇ ਨਾਲ ਹੀ ਪਤਾ ਚੱਲਦਾ ਵਾ ਕਿ ਵੀਰਾਂ ਦੇ ਕੁਐਸਚਨ ਕੀ ਆ। ਸੋ ਅੱਜ ਦੀ ਵੀਡੀਓ ਵਿੱਚ ਇਟਲੀ ਦੇ ਬਾਰੇ ਕੁਝ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਸਭ ਤੋਂ ਪਹਿਲਾਂ ਤਾਂ ਇਟਲੀ ਦੇ ਪੇਪਰ ਜਿਹੜੇ ਵੀਰਾਂ ਨੇ ਭਰੇ ਆ, ਉਹ ਚਾਹੇ ਸਾਲ ਵਾਲੇ ਹੋਣ ਚਾਹੇ 9 ਮਹੀਨੇ ਵਾਲੇ, ਜਿਨ੍ਹਾਂ ਦੇ ਨੂਲੇ ਉਸ 'ਤੇ ਅਜੇ ਤੱਕ ਨਹੀਂ ਨਿਕਲੇ, ਉਹਨਾਂ ਵੀਰਾਂ ਦੇ ਕਾਫੀ ਕਮੈਂਟ ਆ ਰਹੇ ਆ ਆਪਾਂ ਨੂੰ। ਅਤੇ ਉਹਨਾਂ ਨੂੰ ਇਹੀ ਆਪਾਂ ਦੱਸਣਾ ਚਾਹਾਂਗੇ ਕਿ ਜੇਕਰ ਉਹ ਵੇਟ ਕਰ ਸਕਦੇ ਆ ਅੱਗੇ, ਤਾਂ 1-2 ਮਹੀਨੇ ਹੋਰ ਵੇਟ ਕਰ ਲਓ। ਹੋ ਸਕਦਾ ਵਾ ਇਸ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਨੂਲਾ ਉਸਤਾ ਵਾ ਉਹ ਨਿਕਲ ਆਵੇ, ਪੇਪਰ ਜਿਹੜੇ ਤੁਹਾਡੇ ਨਿਕਲ ਆਉਣ। ਅਤੇ ਖਾਸ ਕਰਕੇ ਇਹ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦੀ ਟਾਈਮਿੰਗ ਚੰਗੀ ਆ। ਸੋ ਜਿਨ੍ਹਾਂ ਦੀ ਟਾਈਮਿੰਗ ਜ਼ਿਆਦਾ ਵਧੀਆ ਨਹੀਂ ਆ, ਜਿਨ੍ਹਾਂ ਦੀ ਟਾਈਮਿੰਗ ਕਾਫੀ ਲੇਟ ਆ, ਲੇਟ ਪੇਪਰ ਭਰੇ ਸੀ, ਉਹ ਆਪਣੀ ਵੇਟ ਕਰਨੀ ਆ ਅਤੇ ਕਰ ਸਕਦੇ ਆ, ਨਹੀਂ ਕਰਨੀ ਤਾਂ ਆਪਣਾ ਅੱਗੇ ਜਿਹੜਾ ਵਾ ਕੋਈ ਵੀ ਹੋਰ ਕੰਮ ਅੱਗੇ ਸ਼ੁਰੂ ਕਰ ਸਕਦੇ ਆ। ਇੱਕ ਹੋਰ ਇਟੈਲੀਅਨ ਗੌਰਮੈਂਟ ਵੱਲੋਂ ਅਪਡੇਟ ਆ ਰਹੀ ਆ ਕਿ ਜਿਨ੍ਹਾਂ ਨੇ ਇਟਲੀ ਦੇ ਵਿੱਚ ਪੇਪਰ ਭਰਿਆ, ਉਹ ਏਸ਼ੀਆ ਤੋਂ ਕਿਸੇ ਵੀ ਕੰਟਰੀ ਤੋਂ ਹੋਣ, ਜਿਨ੍ਹਾਂ ਦੇ ਨੂਲੇ ਉਸ 'ਤੇ ਨਹੀਂ ਨਿਕਲੇ, ਇਟੈਲੀਅਨ ਗੌਰਮੈਂਟ ਜਿਹੜੀ ਹੈਗੀ ਆ ਤਕਰੀਬਨ 1-1.5 ਮਹੀਨੇ ਦੇ ਵਿੱਚ ਵਿੱਚ ਉਹਨਾਂ ਸਾਰਿਆਂ ਦੇ ਨੂਲੇ ਉਸ 'ਤੇ ਜਿਹੜੇ ਆ ਉਹ ਕੱਢ ਸਕਦੀ ਆ। ਕਿਉਂਕਿ ਜੇਕਰ ਹੁਣ ਛੁੱਟੀਆਂ ਤੋਂ ਬਾਅਦ ਇਹਦੇ ਪ੍ਰੋਸੈਸ ਵਿੱਚ ਥੋੜ੍ਹੀ ਜਿਹੀ ਚੇਂਜਿੰਗ ਆ ਗਈ, ਤਾਂ ਹੋ ਸਕਦਾ ਵਾ ਜਿਨ੍ਹਾਂ ਦੇ ਨਹੀਂ ਪੇਪਰ ਨਿਕਲੇ ਉਹਨਾਂ ਦੇ ਵੀ ਨਿਕਲ ਆਉਣ ਅਗਲੇ ਮਹੀਨੇ ਦੇ ਲਾਸਟ ਤੱਕ, ਯਾਨੀ ਕਿ ਸਤੰਬਰ ਦੇ ਲਾਸਟ ਤੱਕ ਸਾਰੇ ਵੀਰਾਂ ਦੇ ਪੇਪਰ ਨਿਕਲ ਸਕਦੇ ਆ। ਇਸ ਲਈ ਥੋੜ੍ਹੀ ਜਿਹੀ ਵੇਟ ਕਰ ਲਓ, ਅਤੇ ਆਪਾਂ ਵੀ ਤੁਹਾਨੂੰ ਨਾਲ ਦੀ ਨਾਲ ਹੀ ਅਪਡੇਟ ਦਿੰਦੇ ਰਹਾਂਗੇ। ਚੈਨਲ 'ਤੇ ਬਣੇ ਰਹੋ ਅਤੇ ਆਪਣੇ ਕਮੈਂਟ ਜ਼ਰੂਰ ਕਰਿਓ। ਅਤੇ ਬਾਕੀ ਪੂਰੀ ਇਟਲੀ ਦੇ ਵਿੱਚ ਜਿਹੜੇ ਆ ਪੇਪਰ ਲਗਾਤਾਰ ਨਿਕਲ ਰਹੇ ਆ, ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ, ਵੇਟ ਕਰ ਸਕਦੇ ਤੁਸੀਂ ਥੋੜ੍ਹੀ ਜਿਹੀ। ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ। ਅੱਜ ਦੀ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ, ਅਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਫਿਰ ਲੈ ਕੇ ਆਵਾਂਗੇ ਤੁਹਾਡੇ ਲਈ ਇੱਕ ਨਵੀਂ ਵੀਡੀਓ। ਧੰਨਵਾਦ।